ਤੁਸੀਂ ਗਾਉਂਦੇ ਬਹੁਤ ਵਧੀਆ ਜੀ ਇੱਕ ਦੇ ਜ਼ੋਰ ਦੇ ਨਾਲ ਵਧੀਆ ਆਵਾਜ਼ ਆ ਉੱਚੀ ਆਵਾਜ਼ ਦੇ ਵਿੱਚ ਗਾਉਂਦੇ ਹੋ ਜਿੰਨੇ ਸਿੰਗਰ ਆਪਣੇ ਕੋਲ ਹੈਗੇ ਆ ਪੰਜਾਬੀ ਦੇ ਵਿੱਚ ਸਾਰਿਆਂ ਦੇ ਆਪਣੇ ਆਪਣੇ ਵਿਸ਼ੇ ਆ ਕੋਈ ਕਿਸੇ ਟੌਪਿਕ ਨੂੰ ਲੈ ਕੇ ਗਾਉਂਦਾ ਕੋਈ ਕਿਸੇ ਨੂੰ ਕੋਈ ਹਥਿਆਰਾਂ ਦੀ ਗੱਲ ਕਰਦਾ ਕੋਈ ਨਸ਼ੇ ਦੀ ਗੱਲ ਕਰਦਾ ਕੋਈ ਵਿਹਲਪੁਣੇ ਦੀ ਗੱਲ ਕਰਦਾ ਕੋਈ ਲੜਾਈਆਂ ਦੀ ਗੱਲ ਕਰਦਾ ਤੁਸੀਂ ਇਹਨਾਂ ਤੋਂ ਅਲੱਗ ਹੋ ਕੇ ਤੁਹਾਡੇ ਹਰ ਇੱਕ ਗੀਤ ਦੇ ਵਿੱਚ ਤੁਹਾਡੀ ਆਵਾਜ਼ ਤਾਂ ਵਧੀਆ ਹੈ ਹੀ ਪਰ ਮੈਂ ਗੱਲ ਕਰ ਰਿਹਾ ਤੁਹਾਡੇ ਗੀਤਾਂ ਦੀ ਚੋਣ ਦੀ ਤੁਹਾਡੇ ਹਰ ਗੀਤ ਦੇ ਵਿੱਚ ਇੱਕ ਹਿਸਟਰੀ ਆ ਇੱਕ ਇਤਿਹਾਸ ਆ ਤੁਸੀਂ ਇੰਨੇ ਵਧੀਆ ਗੀਤਾਂ ਦੀ ਚੋਣ ਕਰਦੇ ਹੋ ਕਈ ਵਾਰੀ ਇੱਕ ਗੀਤ ਦੇ ਵਿੱਚ ਤਾਂ ਇਤਿਹਾਸ ਆਉਣਾ ਹੀ ਹੋਣਾ ਇੱਕ ਇੱਕ ਟੱਪੇ ਦੇ ਵਿੱਚ ਇੱਕ ਲਾਈਨ ਦੇ ਵਿੱਚ ਕਈ ਇੱਦਾਂ ਦੇ ਨਾਂ ਲੈ ਦਿੰਦੇ ਹੋ ਜਿਹੜੇ ਲੋਕਾਂ ਨੂੰ ਪਤਾ ਹੁੰਦਾ ਪੁਰਾਣੇ ਆਪਣੇ ਇਤਿਹਾਸ ਨੂੰ ਜਾਣਦੇ ਜਿਹੜੇ ਹਿਸਟਰੀ ਨੂੰ ਜਾਣਦੇ ਜਿਹੜੇ ਪੜ੍ਹੇ ਆ ਮੇਰਾ ਖਿਆਲ ਉਹ ਉਹ ਤੋਂ ਵੱਧ ਆਨੰਦ ਮਾਣ ਸਕਦੇ ਕਿਉਂਕਿ ਉਹਨਾਂ ਨੂੰ ਇਕੱਲੇ ਇਕੱਲੇ ਲਫ਼ਜ਼ ਦਾ ਜੇ ਪਤਾ ਕਿ ਇਹਦਾ ਨਾਂ ਲਿਆ ਤਾਂ ਉਹਦਾ ਕੀ ਮਤਲਬ ਹੈ ਪਿੱਛੇ ਉਹਦੇ ਬੈਕਗ੍ਰਾਊਂਡ ਕੀ ਰਹਾ ਇੰਨਾ ਵਧੀਆ ਸਬਜੈਕਟ ਚੁਣਨਾ ਇੰਨੇ ਵਧੀਆ ਸਾਫ਼ ਸੁਥਰੇ ਗੀਤ ਗਾਉਣੇ ਤੁਹਾਡੀ ਸ਼ੁਰੂ ਤੋਂ ਲੈ ਕੇ ਪੜ੍ਹਾਈ ਪਰਵਰਿਸ਼ ਪੇਰੈਂਟਸ ਉਹਨਾਂ ਦੀ ਗਾਈਡੈਂਸ ਘਰ ਦਾ ਮਾਹੌਲ ਇੱਦਾਂ ਸੀਗਾ ਤੁਹਾਡੀ ਆਪਣੀ ਚੋਇਸ ਸੀ ਤੁਸੀਂ ਬਾਈ ਚੋਇਸ ਕੀਤਾ ਜਾਂ ਬਾਈ ਨੇਚਰ ਇਹ ਜਿਹੜਾ ਸਬਜੈਕਟ ਹੈ ਇਹਨੂੰ ਚੁਣਿਆ ਕਿ ਇਸ ਤਰ੍ਹਾਂ ਦੇ ਗੀਤ ਗਾਏ ਜਾਣ ਕੁਛ ਚੀਜ਼ਾਂ ਤੁਹਾਡੇ ਨਾਲ ਹੀ ਚੱਲਦੀਆਂ ਕਿਉਂਕਿ ਜਿੱਦਾਂ ਦੇ ਵਾਤਾਵਰਨ ਜਿੱਦਾਂ ਦੇ ਮਾਹੌਲ 'ਚ ਤੁਸੀਂ ਪੈਦਾ ਹੁੰਦੇ ਹੋ ਮੈਂ ਸ਼ੁਰੂ ਤੋਂ ਹੀ ਫੋਕ ਮਿਊਜ਼ਿਕ ਨੂੰ ਬਹੁਤ ਪਿਆਰ ਕੀਤਾ ਔਰ ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਫਿਰ ਖਾਲਸਾ ਕਾਲਜ ਮੈਂ ਐੱਮ ਏ ਪੋਲੀਟੀਕਲ ਸਾਇੰਸ ਕੀਤੀ ਉਦੋਂ ਫਿਰ ਮੇਰਾ ਜਿਹੜਾ ਬਾਵਾ ਨਾਮ ਆ ਉਹ ਮੇਰੇ ਪ੍ਰੋਫੈਸਰ ਦਵਿੰਦਰ ਸਿੰਘ ਸੀਗੇ ਉਹਨਾਂ ਨੇ ਫਿਰ ਮੇਰੇ ਨਾਂ ਦੇ ਨਾਲ ਇਹਨੂੰ ਜੋੜਤਾ ਕਿਉਂਕਿ ਮੈਂ ਮਿੱਟੀ ਦਾ ਬਾਵਾ ਯੂਥ ਫੈਸਟ 'ਚ ਬਹੁਤ ਗਾਇਆ ਉਹ ਫਿਰ ਇੱਦਾਂ ਹੋ ਜਾਂਦਾ ਕਿ ਜਿਹੜਾ ਇੱਕ ਇਹ ਵੀ ਹੁੰਦਾ ਕਿ ਤੁਹਾਡਾ ਵਿਕਦਾ ਕੀ ਹੈ ਤੁਹਾਡੇ ਤੋਂ ਸੁਣਨਾ ਕੀ ਚਾਹੁੰਦੇ ਆ ਲੋਕ ਬੇਸਿਕਲੀ ਸੋ ਸਾਡਾ ਗਾਣਾ ਬਣਾਉਣ ਦਾ ਹਮੇਸ਼ਾ ਮਕਸਦ ਇਹ ਹੁੰਦਾ ਕਿ ਅਸੀਂ ਜਦੋਂ ਵੀ ਕੋਈ ਗਾਣਾ ਚੂਜ਼ ਕਰਦੇ ਹਾਂ ਕਿ ਅਸੀਂ ਇਹ ਗਾਣਾ ਕੱਲ੍ਹ ਨੂੰ ਗਾ ਸਕਦੇ ਹਾਂ ਜੇ ਉਹ ਗਾ ਨਹੀਂ ਸਕਦੇ ਕਿਉਂਕਿ ਮੈਨੂੰ ਵਿਊਜ਼ ਨਾਲ ਜਾਂ ਸਾਨੂੰ ਲਾਈਕ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਹੀ ਸਾਡੇ ਕੋਈ ਇੱਦਾਂ ਮਿਲੀਅਨ ਬਿਲੀਅਨ ਵਾਲਾ ਵਿਊਜ਼ ਵਾਲਾ ਮਸਲਾ ਹੈ ਸੋ ਸਾਨੂੰ ਇੱਦਾਂ ਹੁੰਦਾ ਕਿ ਜਿਹੜਾ ਗੀਤ ਅਸੀਂ ਰਿਕਾਰਡ ਕਰੀਏ ਕਿਉਂਕਿ ਜਿੱਦਾਂ ਦਾ ਤੁਸੀਂ ਸੁਣਿਆ ਹੁੰਦਾ ਉਹ ਫਿਰ ਵਰਕ ਵੀ ਤੁਹਾਡੇ 'ਤੇ ਉੱਦਾਂ ਹੀ ਕਰਦਾ ਜਿੱਥੇ ਉਹਨਾਂ ਦੀ ਸਮਾਧ ਆ ਇੰਗਲੈਂਡ ਦੇ ਵਿੱਚ ਉੱਥੇ ਅਸੀਂ ਪਰਮਿਸ਼ਨਾਂ ਪਾ ਕੇ ਉਹ ਗਾਣਾ ਮਤਲਬ ਬਹੁਤ ਅਸੀਂ ਬਹੁਤ ਮਹਿੰਗਾ ਗਾਣਾ ਇਨਵੈਸਟ ਕੀਤਾ 20-25 ਲੱਖ ਰੁਪਈਆ ਲਾਇਆ ਹਾਲਾਂਕਿ ਉੱਥੋਂ ਸਾਨੂੰ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਕਮਾਉਣਾ ਕਿਉਂਕਿ ਇਹੋ ਜਿਹੇ ਗਾਣਿਆਂ ਤੋਂ ਕਮਾਈ ਹੁੰਦੀ ਵੀ ਨਹੀਂ ਹੈ ਪਰ ਸਾਨੂੰ ਇਹ ਹੈ ਕਿ ਜਿੱਦਾਂ ਹੁਣ ਅਸੀਂ ਪੰਜਾਬ ਵਰਗੀ ਗਾਣਾ ਹੈ ਉਹਦੇ 'ਚ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜ਼ਿਕਰ ਆ ਯੋਗਾ ਸਿੰਘ ਜੋਗੀ ਦਾ ਜ਼ਿਕਰ ਆ ਉਹ ਪਤਾ ਲੱਗੇ ਬੱਚਿਆਂ ਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵੀ ਕਿਤੋਂ ਨਾ ਕਿਤੋਂ ਉਹਨਾਂ ਚੀਜ਼ਾਂ ਨੂੰ ਅਡੋਪਟ ਕੀਤਾ ਸਿੱਖਿਆ ਹੈ ਸੋ ਮੈਨੂੰ ਲੱਗਦਾ ਕਿ ਇੱਕ ਕਲਾਕਾਰ ਦਾ ਅਸੀਂ ਵੇਖਦੇ ਆਏ ਹਾਂ ਕਿਉਂਕਿ ਅੱਜ ਵੀ ਜੇ ਜ਼ਿਕਰ ਹੁੰਦਾ ਤਾਂ ਉਹਨਾਂ 5-7 ਕਲਾਕਾਰਾਂ ਦਾ ਜ਼ਿਕਰ ਹੁੰਦਾ ਜਿਹਨਾਂ ਵਾਕਿਆ ਪੰਜਾਬੀ ਲਈ ਜਾਂ ਬੋਲੀ ਲਈ ਗਾਇਆ ਨਹੀਂ ਤਾਂ ਕੰਮ ਕਰਨ ਵਾਲੇ ਤਾਂ ਹਜ਼ਾਰਾਂ ਲੱਖਾਂ ਹੀ ਤੁਰੇ ਫਿਰਦੇ ਆ ਸੋ ਇਹ ਹਮੇਸ਼ਾ ਵੇਖਿਆ ਜਾਂਦਾ ਕਿ ਤੁਸੀਂ ਕੀ ਕੀਤਾ ਤੁਹਾਡੀ ਗਿਣਤੀ ਅੱਗ ਬੁਝਾਉਣ ਵਾਲਿਆਂ 'ਚ ਆਉਣੀ ਚਾਹੀਦੀ ਆ ਤਾਂ ਲਾਉਣ ਵਾਲਿਆਂ 'ਚ ਨਹੀਂ ਆਉਣੀ ਚਾਹੀਦੀ ਸੋ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਦਾ ਜੇ ਤੁਹਾਡਾ ਸੌਦਾ ਲੈਣ ਵਾਲੇ ਲੋਕ ਹੈਗੇ ਆ ਤਾਂ ਫਿਰ ਤੁਹਾਨੂੰ ਸੌਦਾ ਵੀ ਉਹ ਹੀ ਪਾਉਣਾ ਚਾਹੀਦਾ ਸੋ ਹੁਣ ਵੀ ਅਸੀਂ ਨਵੀਂ ਐਲਬਮ ਜਿਹੜੀ ਸਾਡੀ ਮਿੱਟੀ ਦਾ ਬਾਵਾ 2 ਆ ਉਹਦੇ 'ਚ ਬਹੁਤ ਸਾਰੇ ਐਸੇ ਗੀਤ ਆ ਇੱਕ ਗੀਤ ਪੰਜਾਬ ਸਿੰਘ ਆ ਉਹ ਵੀ ਅੱਜ ਕੱਲ੍ਹ ਦੇ ਬੱਚੇ ਪੰਜਾਬੀ ਨਹੀਂ ਬੋਲਦੇ ਜਿਹੜੇ ਇੱਧਰਲੇ ਮੋਸਟਲੀ ਬੋਰਨ ਬੱਚੇ ਆ ਪੰਜਾਬੀ ਘੱਟ ਬੋਲਦੇ ਕੰਪਲੈਕਸ ਫੀਲ ਕਰਦੇ ਆ ਜਿੱਦਾਂ ਉਹ ਜ਼ਿਆਦਾ ਇੰਗਲਿਸ਼ 'ਚ ਕੰਫਰਟ ਜ਼ੋਨ 'ਚ ਰਹਿੰਦੇ ਆ ਸੋ ਉਹਦੇ 'ਤੇ ਇੱਕ ਵਿਸ਼ਾ ਆ ਫਿਰ ਮਹਾਰਾਜ ਦਲੀਪ ਸਿੰਘ ਸਾਹਿਬ 'ਤੇ ਇੱਕ ਵਿਸ਼ਾ ਆ ਫਿਰ ਅਸੀਂ ਮਿੱਟੀ ਦਾ ਬਾਵਾ ਰਿਕਾਰਡ ਕੀਤਾ ਆ ਫਿਰ ਬਾਪੂ ਅਮਰ ਸਿੰਘ ਸ਼ੌਂਕੀ ਹੋਣਾ ਦਾ ਇੱਕ ਮਿਰਜ਼ਾ ਰਿਕਾਰਡ ਕੀਤਾ ਆ ਜਿਹੜਾ ਸਹਿਬਾ ਦੀ ਗੱਲਬਾਤ ਆ ਸੋ ਉਹ ਚੀਜ਼ਾਂ ਬਚਪਨ ਤੋਂ ਹੀ ਤੁਹਾਡੇ ਨਾਲ ਵੱਡੀਆਂ ਹੁੰਦੀਆਂ ਜਿਹੜੇ ਗੀਤ ਤੁਹਾਡੇ ਨਾਲ ਵੱਡੇ ਹੁੰਦੇ ਨਾ ਫਿਰ ਤੁਹਾਡੀ ਚਾਹਤ ਹੁੰਦੀ ਆ ਕਿ ਤੁਸੀਂ ਉਹ ਚੀਜ਼ਾਂ ਰਿਕਾਰਡ ਕਰੋ ਸੋ ਮੈਨੂੰ ਲੱਗਦਾ ਕਿ ਅਸੀਂ ਕਰਮ ਵਾਲੇ ਹਾਂ ਕਿ ਸਾਨੂੰ ਰਾਈਟਰ ਵੀ ਉੱਦਾਂ ਦੇ ਮਿਲਦੇ ਆ ਜਾਂ ਸਾਡੇ ਲਈ ਲਿਖਦੇ ਉੱਦਾਂ ਦੇ ਆ ਅਤੇ ਉਹ ਚੀਜ਼ ਤਾਂ ਹੀ ਮੈਨੂੰ ਲੱਗਦਾ ਕਿ ਜੇ ਅੱਜ ਅਸੀਂ ਬੈਠੇ ਹਾਂ ਅਤੇ ਕੋਈ ਸੁਣ ਤੁਹਾਨੂੰ ਤਾਂ ਹੀ ਆਉਂਦਾ ਜੇ ਤੁਸੀਂ ਕੋਈ ਚੱਜ ਦੀ ਚੀਜ਼ ਦਿੱਤੀ ਹੋਵੇ